ਅਲੀਪੋਰਟ ਪੰਜਾਬੀ ਤੇ ਮੈਂ ਆਹ ਮਿੱਕੀ ਜੈਕਾ ਲੈ ਕੇ ਆਜ਼ ਰਹਾ ਇਸ ਵੇਲੇ ਦੀ ਵੱਡੀ ਖਬਰ ਦੱਸਦੀ ਹੈ ਕਿ ਐਨਆਈ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਨਾਮੀ ਗੈਂਗਸਟਰ ਵਿਕਰਮ ਬੜਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਦੀ ਹੈ ਵਿਕਰਮ ਬਰਾੜ ਜਿਹੜਾ ਕਿ ਵਿਦੇਸ਼ ਤੋਂ ਬੈਠ ਕੇ ਨੈਕਸਸ ਚਲਾਉਂਦਾ ਸੀਗਾ ਜਿਸ ਦਾ ਨਾਮ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਵੀ ਸ਼ਾਮਲ ਸੀ ਤੇ ਵੱਡੀ ਕਾਰਵਾਈ ਕਰਦੇ ਹੋਏ ਐਨਆਈਏ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਨਾਮੀ ਗੈਂਗਸਟਰ ਵਿਕਰਮ ਬਰਾੜ ਲਗਾਤਾਰ ਜਸਦੀਪਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਦੱਸਦੀ ਹੈ ਕਿ NIA ਵੱਲੋਂ ਪਹਿਲਾਂ US ਤੋਂ ਵਿਕਰਮ ਬਰਾੜ ਨੂੰ ਬੁਲਾਇਆ ਜਾਂਦਾ ਹੈ ਤੇ ਜਦੋਂ ਉਹ ਭਾਰਤ ਦੇ ਵਿੱਚ ਪਹੁੰਚਦਾ ਹੈ ਤਾਂ ਨਾਲ ਦੇ ਨਾਲ ਉਸ ਦੀ ਗ੍ਰਿਫਤਾਰੀ ਕਰ ਲਈ ਜਾਂਦੀ ਹੈ ਦੱਸਦੀ ਹੈ ਕਿ ਵੱਡਾ ਨਾਮ ਗੈਂਗਸਟਰ ਦੀ ਦੁਨੀਆ ਦੇ ਵਿੱਚ ਵਿਕਰਮ ਬਰਾੜ ਜਿਹੜਾ ਕਿ ਵਿਦੇਸ਼ ਤੋਂ ਬਹਿ ਕੇ ਭਾਰਤ ਦੇ ਵਿੱਚ ਨੈਕਸਸ ਚਲਾਉਂਦਾ ਸੀਗਾ ਦੱਸਦੀ ਹੈ ਕਿ ਲਾਰੈਂਸ ਦਾ ਕਰੀਬੀ ਹੈ ਜਿਸ ਨੂੰ ਵੱਡੀ ਕਾਰਵਾਈ ਕਰਦੇ ਹੋਏ NIA ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਲਗਾਤਾਰ ਪੁਲਿਸ ਵੱਲੋਂ ਉਸ ਦੀ ਪਾਲ ਕੀਤੀ ਜਾ ਰਹੀ ਸੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਵੀ ਇਸ ਦਾ ਨਾਮ ਜਿਹੜਾ ਹੈ ਸ਼ਮੂਲੀਅਤ ਇਸ ਦੀ ਦਰਜ ਕੀਤੀ ਗਈ ਸੀ ਪੁਲਿਸ ਵੱਲੋਂ ਤੇ ਉਸ ਤੋਂ ਬਾਅਦ ਹੀ ਲਗਾਤਾਰ ਇਸ ਦਾ ਨਾਮ ਜਿਹੜਾ ਹੈ ਪੁਲਿਸ ਤੇ ਸਾਰੇ ਹੀ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਸੀ ਤੇ ਸਿੱਧੂ ਸਿੱਧੂ ਕਤਲ ਮਾਮਲੇ ਦੇ ਵਿੱਚ ਵੀ ਇਸ ਦਾ ਨਾਮ ਜਦੋਂ ਸਾਹਮਣੇ ਆਉਂਦਾ ਹੈ ਤਾਂ ਇਹ ਵਿਦੇਸ਼ ਪਤਾ ਲੱਗਦਾ ਹੈ ਕਿ ਵਿਦੇਸ਼ ਵਿੱਚ ਬੈਠਾ ਹੈ ਤੇ ਉੱਥੋਂ ਸਾਰਾ ਨੈਕਸਸ ਚਲਾਉਂਦਾ ਹੈ ਤੇ NIA ਵੱਲੋਂ ਹੁਣ ਵੱਡੀ ਕਾਰਵਾਈ ਕਰਦੇ ਹੋਏ ਪਹਿਲਾਂ ਇਸ ਨੂੰ USA ਤੋਂ ਵਿਕਰਮ ਬਰਾੜ ਨੂੰ ਇੱਥੇ ਡਿਪੋਰਟ ਕਰਵਾਇਆ ਜਾਂਦਾ ਹੈ ਤੇ ਜਦੋਂ ਇਹ ਭਾਰਤ ਪਹੁੰਚਦਾ ਹੈ ਤੇ ਨਾਲ ਦੇ ਨਾਲ ਇਸ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਦੱਸਦੀ ਹੈ ਵੱਡਾ ਨਾਮ ਗੈਂਗਸਟਰ ਦੀ ਦੁਨੀਆ ਦਾ ਨਾਮੀ ਗੈਂਗਸਟਰ ਜਿਹੜਾ ਇਹ ਵਿਕਰਮ ਬਰਾੜ ਹੈ ਹੁਣ NIA ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਕਈ ਮਾਮਲੇ ਇਸ ਦੇ ਖਿਲਾਫ ਦਰਜ ਨੇ ਤੇ ਹੁਣ ਇਸ ਤੇ ਨਕੇਲ ਕਸੀ ਗਈ ਹੈ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ NIA ਵੱਲੋਂ ਵੱਡੇ ਮਾਮਲਿਆਂ ਦੇ ਵਿੱਚ ਇਸ ਦਾ ਨਾਮ ਜਿਹੜਾ ਦਰਜ ਕੀਤਾ ਗਿਆ ਸੀ ਡਿਪੋਰਟ ਹੁੰਦੇ ਹੀ ਇਸ ਨੂੰ NIA ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਪਹਿਲਾਂ NIA ਵੱਲੋਂ ਇਸ ਨੂੰ USA ਤੋਂ ਡਿਪੋਰਟ ਕਰਵਾਇਆ ਜਾਂਦਾ ਹੈ ਤੇ ਜਦੋਂ ਇਹ ਭਾਰਤ ਪਹੁੰਚਦਾ ਹੈ ਤਾਂ ਇਸ ਦੀ ਗ੍ਰਿਫਤਾਰੀ ਕਰ ਲਈ ਜਾਂਦੀ ਹੈ